ਇਸ ਪਿੰਡ ਦੇ ਲੋਕਾਂ ਨੇ ਇੱਕ ਪੂਰਨ ਤੌਰ 'ਤੇ ਰਾਜਨੀਤਿਕ ਲੋਕਾਂ ਦਾ ਬਾਈਕਾਟ ਕਰਤਾ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਰਾਜਨੀਤਿਕ ਅਤੇ ਆਜ਼ਾਦ ਜਿਹੜਾ ਰਾਜਨੀਤਿਕ ਵਿਅਕਤੀ ਉਹ ਸਾਡੇ ਪਿੰਡ ਦੇ ਵਿੱਚ ਨਾ ਆਵੇ। ਨਾ ਅਸੀਂ ਕਿਸੇ ਨੂੰ ਵੋਟ ਪਾਉਣੀ ਹੈ ਅਤੇ ਨਾ ਹੀ ਕਿਸੇ ਨੂੰ ਅਸੀਂ ਪਿੰਡ ਦੇ ਵਿੱਚ ਕੋਈ ਪੋਲਿੰਗ ਬੂਥ ਲੱਗਣ ਦੇਣਾ। ਵੋਟਾਂ ਦਾ ਵੀ ਬਸ ਅਸੀਂ ਨਾਂ ਮਾਤਰ ਹੀ ਆ ਜੀ, ਵੀ ਪਾਉਣਗੀ ਨਹੀਂ ਜੀ, ਵੀ ਇਹ ਮੰਨ ਲਓ ਪਹਿਲਾ ਪਿੰਡ 'ਚੋਂ ਪੰਜਾਬ 'ਚੋਂ ਪਹਿਲਾ ਪਿੰਡ ਹੋਊਗਾ ਜੀ ਜਿੱਥੇ ਵੋਟਾਂ ਵੀ ਨਹੀਂ ਪੈਣਗੀਆਂ। ਸਾਡੇ 3-20 ਕਿਲੋਮੀਟਰ 3 MLA ਆ, ਬਲਜਿੰਦਰ ਕੌਰ, ਕੋਟ ਫਤਿਹ ਵਾਲਾ ਰਤਨ, ਮੈਂ ਸਰਖਾਨੇ ਵਾਲਾ ਸੁਖਵੀਰ MLA, 3 ਹੋ ਗਏ। ਅਸੀਂ 3 ਦੀਆਂ ਮਿੰਨਤਾਂ ਕਰਕੇ ਮਰ ਗਏ, ਅੱਜ ਤੱਕ ਸਾਡੇ ਪਾਣੀ ਦੀ ਘੁੱਟ ਨਹੀਂ ਆਈ, ਪਾਣੀ ਕਿੰਨੀ ਉਹ ਤਰਸਦੇ। MLA ਕੋਲ ਵੀ ਗਏ ਸੀਗੇ ਜੀ, ਉਹ ਵੀ ਲੱਕੜ ਦਾ ਮੁੰਡਾ ਦੇ ਕੇ ਤੋਰ ਦਿੰਦੇ ਆ ਜੀ, ਠੀਕ ਆ ਜੀ। ਅਤੇ ਹੁਣ ਅਸੀਂ ਗੁਰਮੀਤ ਗੁੱਡੀਆਂ ਕੋਲ ਵੀ ਗਏ ਹਾਂ, ਉਹ ਵੀ ਕਹਿੰਦੇ ਤੁਹਾਡੀ DC ਨਾਲ ਮੀਟਿੰਗ ਕਰਾਵਾਂਗੇ, ਐਂ ਕਰਾਂਗੇ ਵੀ, ਪਰ ਗੱਲ ਕੋਈ ਰਾਹ ਪੈਂਦੀ ਨਹੀਂ, ਬਸ ਜੀ ਮੰਨ ਲਓ ਲਾਰੇ ਜੇ ਲਾ ਕੇ ਤੋਰ ਦਿੰਦੇ ਆ ਜੀ। ਸੁਖਵੀਰ ਕੋਲ ਮਿਲਣ ਗਏ, ਇੱਥੇ 10 ਬੰਦੇ ਹੋਣੇ ਆ, ਕਹਿੰਦਾ ਤੁਸੀਂ ਕੀ ਕਰ ਲਓਗੇ, ਸਿੱਖੋਂ ਦਾ ਕੀ ਕਰ ਲਿਆ। ਫਿਰ ਉਹਨੂੰ ਦੱਸਿਆ ਸੀ ਵੀ ਸਿੱਖੋਂ ਦੀ ਦੌੜ ਲਵਾਈ ਸੀ, ਕੱਚੇ ਰਾਹ ਭਰਿਆ ਸੀ। 7 ਤੋਂ ਲੈ ਕੇ 17 ਤੀਕਰ, 17 ਤੋਂ 22 ਤੀਕਰ ਕਾਂਗਰਸ ਰਹੀ ਹੈ ਜੀ, ਕਾਂਗਰਸ ਤੋਂ ਬਾਅਦ 2 ਸਾਲ ਇਹਨਾਂ ਨੂੰ ਹੋ ਗਏ ਜੀ। ਸਾਰੀਆਂ ਸਰਕਾਰਾਂ ਜੀ ਨਿਕੰਮੀਆਂ, ਵੋਟਾਂ ਲੈ ਜਾਂਦੇ ਆ, ਵੋਟਾਂ ਲੈਣ ਵੇਲੇ ਗੱਲਾਂ ਕੁਛ ਹੋਰ ਹੁੰਦੀਆਂ। ਇਹਨਾਂ ਨੂੰ ਚੰਗਾ ਦੇਖ ਕੇ ਵੋਟਾਂ ਨਹੀਂ ਕਿਸੇ ਨੇ ਪਾਈਆਂ, ਉਹ ਬਦਲਾਅ 'ਚੋਂ ਸਾਨੂੰ ਐਂ ਦਿੰਦਾ ਸੀ ਕੁਛ ਨਾ ਸਾਡੇ ਲੋਕਾਂ ਨੂੰ ਵੀ ਚੰਗਾ ਮਿਲੂ, ਉਹਦੇ ਬਜਾਏ ਉਲਟਾ ਹੋਇਆ, ਇਹਨਾਂ ਨੇ ਤਾਂ ਉਦੋਂ ਵੀ ਚੰਦ ਚਾੜਤੇ। ਜਦੋਂ ਵੋਟਾਂ ਲੈਣੀਆਂ ਸੀ ਸੁਖਵੀਰ ਮੈਸਰਖਾਨਾ ਇਹ ਕਹਿੰਦਾ ਸੀ ਮੈਂ ਤੁਹਾਡੇ ਉੱਥੇ ਪਾਈਪਾਂ 'ਤੇ ਕੈਮਰੇ ਲਵਾ ਦੂੰ ਜੇ ਕੋਈ ਕੁਛ ਕਰਦਾ ਹੋਇਆ। ਕੈਮਰੇ ਤਾਂ ਕੀ ਲਵਾਉਣੇ, ਸਾਡੀ ਗੱਲ ਸੁਣ ਲਓ ਹਟ ਗਿਆ, ਉਦੋਂ ਗੱਲਬਾਤ ਹੀ ਪੁੱਛਦੇ ਸੀ, ਕੈਮਰੇ ਖੋਣ ਤੱਕ ਗਿਆ, ਮਤਲਬ ਸਾਡੇ ਮੋਬਾਈਲ ਖੋਹੇ, ਮੋਬਾਇਲ ਖੋਹ ਕੇ ਜਦੋਂ ਪੁੱਛਿਆ ਕਿਸੇ ਪੱਤਰਕਾਰ ਨੇ, ਵਜ਼ੀਰ ਨੇ ਪੁੱਛਿਆ ਵੀ ਤੂੰ ਆਹ ਮੋਬਾਈਲ ਖੋਹ ਕੀ ਕਰਦਾ, ਕਹਿੰਦਾ ਮੇਰਾ ਸਟਾਈਲ ਸੀ ਗੱਲ ਕਰਨ ਦਾ। ਇਹਨਾਂ ਦੇ ਤਾਂ ਸਟਾਈਲ ਹੀ ਬਦਲ ਗਏ, ਜਿਹੜੇ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਨਾ ਵੀ ਡਲੇ ਮਾਰਿਓ ਆਇਆਂ ਦੇ, ਪਾਥੀਆਂ ਮਾਰਿਓ, ਹੁਣ ਆਪ 'ਤੇ ਪੈਂਦੀਆਂ ਦੇਖਿਆ ਇਹਨਾਂ 'ਤੇ ਕਿਵੇਂ ਪੈਣਗੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੋਕ ਰਾਏ TV ਦੇਖ ਰਹੇ ਹੋ, ਮੈਂ ਹਾਂ ਪਰਮਿੰਦਰ ਸਿੰਘ। ਇਸ ਵਕਤ ਲੋਕ ਸਭਾ ਬਠਿੰਡਾ ਦੇ ਵਿੱਚ ਮੌਜੂਦ ਹਾਂ, ਵਿਧਾਨ ਸਭਾ ਹਲਕਾ ਹੈ ਮੌੜ, ਮੌੜ ਦਾ ਪਿੰਡ ਪੈਂਦਾ ਰਾਮਗੜ੍ਹ ਭੁੰਦੜ। ਇਸ ਪਿੰਡ ਦੇ ਲੋਕਾਂ ਨੇ ਇੱਕ ਪੂਰਨ ਤੌਰ 'ਤੇ ਰਾਜਨੀਤਿਕ ਲੋਕਾਂ ਦਾ ਬਾਈਕਾਟ ਕਰਤਾ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਰਾਜਨੀਤਿਕ ਅਤੇ ਆਜ਼ਾਦ ਜਿਹੜਾ ਰਾਜਨੀਤਿਕ ਵਿਅਕਤੀ ਉਹ ਸਾਡੇ ਪਿੰਡ ਦੇ ਵਿੱਚ ਨਾ ਆਵੇ। ਨਾ ਅਸੀਂ ਕਿਸੇ ਨੂੰ ਵੋਟ ਪਾਉਣੀ ਹੈ ਅਤੇ ਨਾ ਹੀ ਕਿਸੇ ਨੂੰ ਅਸੀਂ ਪਿੰਡ ਦੇ ਵਿੱਚ ਕੋਈ ਪੋਲਿੰਗ ਬੂਥ ਲੱਗਣ ਦੇਣਾ। ਪੂਰਨ ਤੌਰ 'ਤੇ ਬਾਈਕਾਟ ਕਰ ਦਿੱਤਾ, ਮੇਰੇ ਨਾਲ ਪਿੰਡ ਦੇ ਲੋਕ ਮੌਜੂਦ ਨੇ, ਪਿੰਡ ਨੇ ਇਕੱਠ ਕੀਤਾ ਹੋਇਆ ਕਿ ਸਾਡੇ ਪਿੰਡ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ, ਨਾ ਤਾਂ ਪਿਛਲੀਆਂ ਸਰਕਾਰਾਂ ਨੇ ਅਤੇ ਨਾ ਮੌਜੂਦਾ ਸਰਕਾਰਾਂ ਨੇ, ਨਾ ਇੱਥੋਂ ਦੇ ਵਿਧਾਇਕ ਨੇ ਗੱਲ ਸੁਣੀ ਅਤੇ ਨਾ ਜਿਹੜੇ ਇੱਥੋਂ ਨਵਾਂ ਹੁਣ ਜਿਹੜੇ ਲੋਕ ਸਭਾ ਸੀਟ ਲੜ ਰਹੇ ਨੇ ਜਿਹੜੇ ਗੁਰਮੀਤ ਸਿੰਘ ਖੁੱਡੀਆਂ, ਜਿਨ੍ਹਾਂ ਨੂੰ ਉਮੀਦਵਾਰ ਲਾਨਿਆ ਗਿਆ, ਨਾ ਹੀ ਉਹਨਾਂ ਨੇ ਸਾਡੀ ਕੋਈ ਸਾਰ ਲਈ। ਗੱਲਬਾਤ ਕਰਾਂਗੇ ਪਿੰਡ ਵਾਸੀ ਨੇ। ਸਭ ਤੋਂ ਪਹਿਲਾਂ ਤਾਂ ਬਾਈ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਬਾਈ ਜੀ। ਪਿੰਡ ਰਾਮਗੜ੍ਹ ਭੁੰਦੜਾ ਜੀ ਸਾਡਾ, ਅਤੇ ਲੰਮੇ ਸਮੇਂ ਤੋਂ ਜੀ ਅਸੀਂ ਮੰਨ ਲਓ ਸਾਡਾ ਪਿੰਡ ਰਾਮਗੜ੍ਹ ਭੁੰਦੜਾ ਟੇਲ 'ਤੇ ਪੈਂਦਾ ਜੀ, 3 ਪਿੰਡਾਂ ਦੀ ਟੇਲ ਪੈਂਦੀ ਆ, ਰਾਮਗੜ੍ਹ ਭੁੰਦੜਾ, ਕੋਟ ਭਾਰਾ ਅਤੇ ਕੋਟ ਫੱਤਾ ਜੀ। ਅਸੀਂ ਬਹੁਤ ਵੀ ਮੰਨ ਲਓ ਪਾਣੀ ਨੂੰ ਇੱਕ ਤਰਸ ਦੀ ਰੂਹ ਆ ਜੀ ਸਾਡੀ, ਮੰਨ ਲਓ ਜਿਹੜਾ ਖੇਤੀ ਵਾਸਤੇ ਸਾਨੂੰ ਮੰਨ ਲਓ ਨਹਿਰੀ ਪਾਣੀ ਚਾਹੀਦਾ, ਅਤੇ ਮੰਨ ਲਓ ਅਸੀਂ 25-30 ਸਾਲਾਂ ਤੋਂ, ਮੰਨ ਲਓ ਜਿੱਦੇ ਦੀ ਮੈਲਾ ਮੇਰੀ 34 ਸਾਲ ਦੀ ਉਮਰ ਹੈ, ਅਸੀਂ ਨਹੀਂ ਆਪਦੀ ਸੁਰਤ 'ਚ, ਪੁਰਾਣੇ ਬਜ਼ੁਰਗ ਵੀ ਬੈਠੇ ਉਹਨਾਂ ਤੋਂ ਵੀ ਮੰਨ ਲਓ ਪੁੱਛ ਲਿਓ, ਅਸੀਂ ਪਾਣੀ ਵਾਸਤੇ ਸਦੀ ਤਰਸਦੇ ਰਹੇ ਹਾਂ, ਬੋਰਾਂ ਦੇ ਪਾਣੀ ਵੀ ਥੱਲੜੇ ਮਾੜੇ ਆ ਜੀ, ਅਸੀਂ ਮੰਨ ਲਓ
2016 'ਚ ਸਾਡੇ ਪਾਈਪਲਾਈਨ ਪਾਈ ਸੀ ਜਨਮੇਜਾ ਸਿੰਘ ਸੇਖੋਂ ਨੇ ਜੋਧਪੁਰ ਪਾਖਰ ਤੋਂ, ਅਤੇ ਜਿਹੜੀ ਸਾਡੇ ਪੁਰਾਣੀ ਟੇਲ ਆਉਂਦੀ ਹੈ ਉਹ 55-60 ਕਿਲੋਮੀਟਰ ਤੋਂ ਆਉਂਦੀ ਹੈ ਰੱਲੇ ਤੋਂ ਜੀ। ਉਹਦੇ 'ਚ ਤਾਂ ਕਿਤੇ ਅਸੀਂ ਪਾਣੀ ਲਾ ਕੇ ਨਹੀਂ ਦੇਖਿਆ। ਇਹ ਨਵੀਂ ਪਾਈਪ ਦਾ ਸਾਨੂੰ ਸਹਾਰਾ ਦਿੱਤਾ ਸੀਗਾ ਵੀ ਇੱਧਰੋਂ ਆ ਕੇ ਸਾਡੇ ਖੇਤਾਂ ਨੂੰ ਕੁਛ ਪਾਣੀ ਲੱਗ ਜੂ। ਗੱਲ ਕਰਾਂ ਇਹ 'ਤੇ 16 ਕਰੋੜ ਰੁਪਈਆ ਲੱਗਿਆ ਸਰਕਾਰ ਦਾ ਜਮ੍ਹਾਂ ਰੱਦੀ ਆ ਜੀ, ਅਤੇ ਸਾਡੇ ਨਾਲ ਖੋਖਲੇ ਵਾਅਦੇ ਆ ਜਿਹੜਾ ਕਿ ਸਾਡਾ ਮੰਨ ਲਓ ਪਿੰਡ ਨੇ, ਮੰਨ ਲਓ ਹੁਣ 3 ਪਿੰਡਾਂ ਨੇ ਬੰਨ ਪਾ ਰੱਖਿਆ ਜੀ, ਅਤੇ ਅਸੀਂ ਆਪਦੇ ਪਿੰਡ ਰਾਮਗੜ੍ਹ ਭੁੰਦੜ ਦੇ ਵਿੱਚੋਂ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਪੂਰਨ ਤੌਰ 'ਤੇ ਰਾਜਨੀਤਿਕ ਪਾਰਟੀਆਂ ਦਾ ਆਜ਼ਾਦ ਉਮੀਦਵਾਰਾਂ ਦਾ ਬਾਈਕਾਟ ਕਰ ਚੁੱਕੇ ਹਾਂ ਜੀ, ਅਤੇ ਹੁਣ ਅਸੀਂ ਆਪਦੇ ਪਿੰਡ 'ਚ ਬੂਥ ਵੀ ਨਹੀਂ ਲੱਗਣ ਦੇਣਾ ਜੀ। ਵੋਟਾਂ ਦਾ ਵੀ ਬਸ ਅਸੀਂ ਨਾਂ ਮਾਤਰ ਹੀ ਆ ਜੀ ਵੀ ਪਾਉਣਗੀ ਨਹੀਂ ਜੀ, ਵੀ ਇਹ ਮੰਨ ਲਓ ਪਹਿਲਾ ਪਿੰਡ 'ਚੋਂ, ਪੰਜਾਬ 'ਚੋਂ ਪਹਿਲਾ ਪਿੰਡ ਹੋਊਗਾ ਜੀ ਜਿੱਥੇ ਵੋਟਾਂ ਵੀ ਨਹੀਂ ਪੈਣਗੀਆਂ ਜੀ। ਹਾਂਜੀ, ਕੀ ਲੱਗਦਾ ਕਿ ਬਾਈ ਆਹ ਜਿਹੜੀਆਂ ਚੀਜ਼ਾਂ ਕਰਨੀਆਂ ਪਈਆਂ ਸਰਕਾਰ ਨੇ, ਜਦੋਂ ਸਰਕਾਰ ਬਣ ਤੋਂ ਪਹਿਲਾਂ ਵਾਅਦੇ ਕੀਤੇ ਗਏ ਸੀ ਕਿ ਟੇਲਾਂ 'ਤੇ ਪਾਣੀ ਵੀ ਅਸੀਂ ਲੈ ਕੇ ਤੁਹਾਨੂੰ ਕਿਸਾਨਾਂ ਖਾਤਰ ਲੈ ਕੇ ਜਾਵਾਂਗੇ, ਸਾਰਾ ਕੁਝ ਪੱਕੇ ਤੌਰ 'ਤੇ ਕਰਾਂਗੇ? ਪਹਿਲਾਂ ਜੀ ਅਸੀਂ 10 ਸਾਲ ਸਰਕਾਰ ਜਦੋਂ ਮੇਰੀ ਸੁਰਤੀ ਸੰਭਲੀ ਆ ਪਹਿਲਾਂ ਬਾਦਲ ਕੇ ਰਹੇ ਆ ਜੀ, 7 ਤੋਂ ਲੈ ਕੇ 17 ਤੋਂ 22 ਤੱਕ ਕਾਂਗਰਸ ਰਹੀ ਹੈ ਜੀ। ਕਾਂਗਰਸ ਤੋਂ ਬਾਅਦ 2 ਕੁ ਸਾਲ ਇਹਨਾਂ ਨੂੰ ਹੋ ਗਏ ਜੀ। ਸਾਰੀਆਂ ਸਰਕਾਰਾਂ ਜੀ ਨਿਕੰਮੀਆਂ, ਵੋਟਾਂ ਲੈ ਜਾਂਦੇ ਆ, ਵੋਟਾਂ ਲੈਣ ਵੇਲੇ ਗੱਲਾਂ ਕੁਛ ਹੋਰ ਹੁੰਦੀਆਂ। ਕੋਈ ਵੀ ਸਰਕਾਰ ਆ ਮੰਨ ਲਓ ਪਿੰਡਾਂ ਬਾਰੇ ਤਾਂ ਸੋਚਦੀ ਨਹੀਂ ਜੀ, ਵੋਟਾਂ ਲੈਣ ਵੇਲੇ ਵਾਅਦੇ ਹੋਰ ਹੁੰਦੇ ਆ ਜੀ, ਅਤੇ ਜਦੋਂ ਪੂਰੇ ਕਰਨ ਹੁੰਦੇ ਆ ਜੀ ਉਦੋਂ ਮੰਨ ਲਓ ਇਹਨਾਂ ਕੋਲ ਪਿੰਡਾਂ ਵਾਲਿਆਂ ਵਾਸਤੇ ਕੁਛ ਵੀ ਨਹੀਂ ਹੁੰਦਾ ਜੀ। ਹੁਣ ਪਹਿਲਾਂ ਮੰਨ ਲਓ 10 ਸਾਲ ਅਕਾਲੀ ਸਰਕਾਰ ਰਹੀ ਆ, ਉਹਨਾਂ ਨੇ ਵੀ ਨਹੀਂ ਜੀ, ਅਸੀਂ ਜੋੜੇ ਤੜਾ ਲਏ ਜੀ, ਕਿਤੇ DC ਦੇ ਜਾਂ ਜਿਹੜਾ ਵੀ ਕੋਈ ਅਫਸਰ ਆ ਜੀ ਅਸੀਂ ਛੱਡਿਆ ਨਹੀਂ ਗਾ ਜੀ। ਖੇਤੀਬਾੜੀ ਮੰਤਰੀਆਂ ਤੱਕ ਵੀ ਪਹੁੰਚ ਕਰੀ, 17 ਤੋਂ 22 ਤੱਕ ਅਸੀਂ ਕਾਂਗਰਸ ਦੇ ਰਾਜ 'ਚ ਜੋੜੇ ਤੜਾਏ। 2-2.5 ਸਾਲ ਵਾਂਗੂ ਇਹਨਾਂ ਨੂੰ ਹੋਣ ਵਾਲੇ ਹੋ ਗਏ ਜੀ, ਇਹਨਾਂ ਦੇ ਵੀ ਖੋਖਲੇ ਵਾਅਦੇ ਆ। ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਅਸੀਂ ਟੇਲਾਂ 'ਤੇ ਪਾਣੀ ਪਹੁੰਚਾਤਾ ਜੀ, ਵੀ ਜਿਹੜੇ ਖਾਲ ਰੋਕੀ ਬੈਠੇ ਸੀਗੇ ਅਸੀਂ ਮੰਨ ਲਓ ਖਾਲ ਛੜਾ ਕੇ, ਮੰਨ ਲਓ ਜਿੱਥੇ ਪਾਣੀ ਕਿਤੇ ਵੀ ਨਹੀਂ ਗਿਆ ਸੀ ਉੱਥੇ ਪਾਣੀ ਪਹੁੰਚਾਤਾ। ਸਾਡੇ 3 ਪਿੰਡ ਜੀ ਤਰਸਦੀ ਰੂਹ ਆ ਜੀ ਪਾਣੀ ਵਾਸਤੇ। ਸਾਡੇ ਲਸਾੜਾ ਡਰੇਨ ਜਾਂਦੀ ਆ ਜੀ ਇੱਥੋਂ ਕੋਟ ਫੱਤੇ ਦੇ ਵਿੱਚ ਦੀ ਪਿੱਛੋਂ ਆਉਂਦੀ ਆ ਜੀ, ਉਹਦੇ ਉੱਤੋਂ ਅਸੀਂ ਹੁਣ ਮੰਨ ਲਓ ਭਾਈ ਕੋਟ ਭਾਰੇ ਦੇ ਸੜਕ ਦੇ ਉੱਤੋਂ ਦੀ 15 ਲੱਖ ਰੁਪਈਆ ਲਾ ਕੇ ਪਾਣੀ ਵਾਸਤੇ ਪਾਈਪ ਲਾਈਨ ਪਾ ਕੇ ਲੈ ਕੇ ਆਏ ਹਾਂ ਜੀ। ਉੱਥੇ ਇੰਜਣ ਰੱਖਿਆ ਜੀ ਪਾਣੀ ਵਾਸਤੇ, ਐਡਾ ਮੰਨ ਲਓ ਬੁਰਾ ਹਾਲ ਹੈ ਜੀ। ਜੇ ਮੰਨ ਲਓ ਪਾਣੀ ਨਹਿਰੀ ਪਾਣੀ ਆਉਂਦਾ ਹੋਵੇ ਜੀ ਸਾਨੂੰ ਮੰਨ ਲਓ ਕਿਉਂ 15-15 ਲੱਖ 20-20 ਲੱਖ ਰੁਪਈਆ ਲਾਉਣਾ ਪਵੇ ਜੀ ਪਾਣੀ ਵਾਸਤੇ? ਤਾਂ ਜੀ ਜਮ੍ਹਾਂ ਟੇਲਾਂ 'ਤੇ ਜਮ੍ਹਾਂ ਨਾ ਮਾਤਰੀ ਆ ਜੀ, ਇਹ ਤਾਂ ਵਾਅਦੇ ਆ ਜੀ। ਭਗਵੰਤ ਮਾਨ ਸਾਹਿਬ ਕਹਿੰਦੇ ਸੀਗੇ ਵੀ ਮੰਨ ਲਓ ਅਸੀਂ ਪੂਰਾ ਕਰ ਦਿਆਂਗੇ। ਗੱਲ ਕਰ ਭਾਈ ਸਾਡੇ ਤਾਂ 3 ਪਿੰਡਾਂ ਦੀ ਟੇਲ ਪੈਂਦੀ ਹੈ, ਕਿਤੇ ਨਹੀਂ ਪੂਰਾ ਹੋਇਆ ਜੀ। ਇਹ ਹਾਲਾਤ ਨੇ ਗਰਾਊਂਡ ਲੈਵਲ ਤੋਂ ਤੁਹਾਡਾ ਰਿਪੋਰਟ ਸਾਂਝੀ ਕਰ ਰਿਹਾ। ਇਹ ਵਿਧਾਨ ਸਭਾ ਹਲਕਾ ਮੌੜ ਦੇ ਪਿੰਡ ਹੈ ਰਾਮਗੜ੍ਹ ਭੁੰਦੜ। ਬਾਈ ਜੀ ਤੁਹਾਨੂੰ ਇਹ ਸਾਰਾ ਕੁਛ ਪੂਰਨ ਤੌਰ 'ਤੇ ਬਾਈਕਾਟ ਕਰਨਾ ਪੈ ਗਿਆ, ਇੰਨਾ ਭਰੋਸਾ ਨਹੀਂ ਰਿਹਾ ਸਰਕਾਰਾਂ 'ਤੇ ਜਾਂ ਇੱਥੋਂ ਦੇ ਵਿਧਾਇਕ 'ਤੇ ਕਿ ਸਾਡਾ ਕੰਮ ਜਿਹੜਾ ਟਾਈਮ ਸਿਰ ਕਰਵਾ ਸਕਦੇ? ਪਿਛਲੇ 50-60 ਸਾਲਾਂ ਸਾਡੇ ਇਹੀ ਹਾਲ ਹੈ ਜੀ, ਸਾਨੂੰ ਕਿਸੇ 'ਤੇ ਭਰੋਸਾ ਨਹੀਂ ਰਹੇਗਾ। ਸਾਰੀਆਂ ਸਰਕਾਰਾਂ ਆਪ ਆ ਗਈਆਂ ਜੀ, ਅਕਾਲੀ ਵੀ ਮੁੜ ਕੇ, ਕਾਂਗਰਸ ਵੀ ਆ ਕੇ ਭਾਗੀ ਜੀ, ਹੁਣ ਆਮ ਆਦਮੀ ਪਾਰਟੀ, ਸਾਨੂੰ ਕਿਸੇ 'ਤੇ ਕੋਈ ਭਰੋਸਾ ਨਹੀਂ ਰਿਹਾ। ਸਾਡੇ ਮੌੜਚੜ ਸਿੰਘ, ਰਾਏਖਾਨਾ ਅਤੇ ਭਾਈ ਵਿਕਤੌਰ, ਸਾਡੇ 3 ਟੇਲਾ ਜੀ, ਤਿੰਨਾਂ 'ਤੇ ਪਾਣੀ ਨਹੀਂ ਆਉਂਦਾ ਜੀ, ਬਹੁਤ ਬੁਰਾ ਹਾਲ ਆ। ਹੁਣ ਭਾਈ ਵਿਕਤੌਰ ਦੇ ਪਿੰਡ ਦੇ ਵਿੱਚ ਵੀ ਉਹਨਾਂ ਦਾ ਬਸ ਐਂ ਕਰਕੇ ਡੰਗ ਲਈ ਜਾਂਦਾ, ਉਹ ਡਰੇਨ ਦਾ ਪਾਣੀ ਲਾਉਂਦੇ ਆ ਜੀ। ਹੁਣ ਸਾਡਾ ਜਿਹੜਾ ਇੱਧਰ ਭਾਈ ਉਤਾਰ ਵਾਲਾ ਏਰੀਆ ਰਹਿ ਗਿਆ ਸਾਡੇ ਪਿੰਡ ਤੋਂ ਜੀ, ਇੱਧਰ ਸਾਡੇ ਪਾਣੀ, ਇੱਧਰ ਡਰੇਨ ਦਾ ਪਾਣੀ ਵੀ ਲੱਗਦਾ ਜੀ। ਉਹ ਏਰੀਆ ਡਰੇਨ ਦਾ ਪਾਣੀ ਲੱਗਣ ਕਾਰਨ ਉਹਨਾਂ ਪਿੰਡਾਂ ਥੋੜ੍ਹੇ ਮੋਟੇ ਦਾਣੇ ਹੋਣ ਲੱਗ ਗਏ, ਪਰ ਹੈ ਤਾਂ ਉਹ ਵੀ ਬਿਮਾਰੀ ਦਾ ਘਰ ਹੀ A to Z ਜੀ, ਕਿਉਂਕਿ ਉਹਨਾਂ ਦੇ ਵਿੱਚ ਵੱਡੀਆਂ ਫੈਕਟਰੀਆਂ ਦਾ ਪਾਣੀ ਆਉਂਦਾ ਜੀ। ਬਹੁਤ ਬੁਰਾ ਹਾਲ ਆ ਸਾਡੇ ਪਿੰਡ ਜੀ, ਤਾਂ ਹੀ ਬਾਈਕਾਟ ਕਰਿਆ ਜੀ। ਸਾਡੇ ਤਾਂ ਧਰਤੀ ਦਾ ਪਾਣੀ ਹੈਗਾ ਮਾੜਾ ਜੀ, ਸਾਡੇ ਦੂਜਾ ਪਾਣੀ ਨਹੀਂ ਆ ਰਿਹਾ ਕੱਸੀ ਦਾ ਜੀ। ਵਿਧਾਇਕ ਕੋਲ ਨਹੀਂ ਗਏ ਜਿਹੜਾ ਇੱਥੋਂ ਦੇ ਵਿਧਾਇਕ ਨੇ? MLA ਕੋਲ ਵੀ ਗਏ ਸੀਗੇ ਜੀ, ਉਹ ਵੀ ਲੱਕੜ ਦਾ ਮੁੰਡਾ ਦੇ ਕੇ ਤੋਰ ਦਿੰਦੇ ਆ ਜੀ, ਠੀਕ ਹੈ ਜੀ। ਅਤੇ ਹੁਣ ਅਸੀਂ ਗੁਰਮੀਤ ਖੁੱਡੀਆਂ ਕੋਲ ਵੀ ਗਏ ਹਾਂ, ਉਹ ਵੀ ਕਹਿੰਦੇ ਤੁਹਾਡੀ DC ਨਾਲ ਮੀਟਿੰਗ ਕਰਾਵਾਂਗੇ, ਐਂ ਕਰਾਂਗੇ ਵੀ, ਪਰ ਗੱਲ ਕੋਈ ਰਾਹ ਪੈਂਦੀ ਨਹੀਂ, ਬਸ ਜੀ ਮੰਨ ਲਾਰੇ ਜੇ ਲਾ ਕੇ ਤੋਰ ਦਿੰਦੇ ਆ ਜੀ।
ਪਹਿਲਾਂ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਵੀ ਜਾ ਕੇ ਆਇਆ ਜਦੋਂ 5-6 ਦਿਨ ਪਹਿਲਾਂ ਹੀ ਸਾਡੇ ਪਿੰਡ ਦੇ ਮੋਤਬਰ ਬੰਦੇ ਜੀ, ਉਹ ਵੀ ਕਹਿੰਦੇ ਵੀ ਹੁਣ ਤੁਸੀਂ ਵੋਟਾਂ ਗਈਆਂ ਥੋੜ੍ਹਾ ਟਾਈਮ ਠਹਿਰੋ, ਪਰ ਲੱਕੜ ਤਾਂ ਦਿੰਦੇ ਕੋਈ ਹੱਲ ਨਹੀਂ, ਅਸੀਂ ਬੰਨ ਨਹੀਂ ਪਾ ਰੱਖਿਆ ਕੱਸੀ ਜੀ, ਜਦੋਂ ਜ਼ਿਆਦਾ ਪਾਣੀ ਆਉਂਦਾ ਸਾਡੇ ਨੁਕਸਾਨ ਕਰਦਾ ਜੀ, ਜੇ ਹੁਣ ਮੀਂਹ ਦੇ ਮੌਸਮ ਹੈ ਜੀ ਉਦੋਂ ਪਾਣੀ ਛੱਡ ਦਿੰਦੇ ਆ, ਮਗਰੋਂ ਲੋਕ ਮੋਗੇ ਬੰਦ ਕਰ ਦਿੰਦੇ ਆ ਜੀ, ਵਿੱਚ ਦਾ ਕੁਛ ਮੋਗੇ ਵੀ ਇਹੋ ਜਿਹੇ ਨਜਾਇਆ ਜੀ ਵੱਡੇ ਲੱਗੇ ਹੋਏ ਆ ਜੀ, ਸਾਡੇ ਪਿੰਡ ਦੀ ਵੋਟ ਥੋੜ੍ਹੀ ਕਰਕੇ ਜੀ ਸਾਡੇ ਪਿੰਡ ਨੂੰ ਕੋਈ ਮੋਹਤਬਰ ਰੱਖਦੀ ਨਹੀਂ ਗਈ, ਪਿੱਛੇ ਰੱਖਦੇ ਜੀ। ਗਏ ਨਹੀਂ ਵਧਾਈ ਕੋਲੇ, ਗਏ ਸੀ ਤੁਸੀਂ? ਗਏ ਸੀਗੇ ਜੀ। ਕੀ ਕਹਿੰਦੇ ਉਹ ਤਾਂ ਕੁਛ ਨਹੀਂ ਕਹਿੰਦੇ, ਉਹ ਕਹਿੰਦੇ ਕਰ ਦਾਂਗੇ, ਬਸ ਐਂ ਕਹਿੰਦੇ ਆ, ਪਿਛਲੇ 2-2.5 ਸਾਲ ਇਹਨਾਂ ਨੂੰ ਹੋ ਗਏ ਜੀ, 10 ਸਾਲ ਪਹਿਲਾਂ ਲੰਘ ਗਏ ਜੀ, ਸਿੱਖ ਹੋਣਾਂਗੇ ਜੀ, ਪਹਿਲਾਂ ਦੀ ਸਰਕਾਰ ਲੰਘ ਗਈ, ਕਾਂਗਰਸ ਦੀ ਕੋਈ ਹੱਲ ਨਹੀਂ ਹੋ ਰਿਹਾ ਸਾਡਾ ਜੀ। ਕੀ ਲੱਗਦਾ, ਫਰਕ ਲੱਗਦਾ ਕਿ ਪਿਛਲੀਆਂ ਸਰਕਾਰਾਂ ਵੀ ਰਹੀਆਂ ਅਤੇ ਇਹ ਸਰਕਾਰ ਵੀ ਰਹੀ, ਵੱਡਾ ਬਦਲਾਅ ਕਹਿ ਕੇ ਲੈ ਕੇ ਆਏ ਸੀ ਕਿ ਬਦਲਾਅ ਆਊਗਾ ਪੰਜਾਬ ਦੇ ਵਿੱਚ, ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸੀ? ਬਦਲਾਅ ਚਾਹੁੰਦੇ ਸੀ ਪਰ ਬਦਲਾਅ ਆਇਆ ਨਹੀਂ ਗਾ ਜੀ, ਚੱਕਰ ਤਾਂ ਇਹ ਹੈ ਜੀ। ਹੁਣ ਸਾਨੂੰ ਕੀ ਆ, ਸਾਨੂੰ ਜਦੋਂ ਵੀ MLA ਆਈ ਸੀ ਵੋਟਾਂ ਇਸ ਨਾ ਤੇ ਲਿੱਤੇ ਗਈਆਂ, ਤੁਹਾਡੇ ਪਿੰਡ ਪਾਣੀ ਪੂਰਾ ਕਰਾਂਗੇ, ਪਰ ਸਾਡੇ ਪਿੰਡ 2.5 ਸਾਲ ਹੋ ਗਏ ਹਜੇ ਤੱਕ ਪਾਣੀ ਪੂਰਾ ਹੋਇਆ ਨਹੀਂ, ਪਹਿਲਾਂ ਸਰਕਾਰਾਂ ਵੀ ਕਹਿੰਦੀਆਂ ਪਾਣੀ ਪੂਰਾ ਕਰਾਂਗੇ, ਹੁਣ 55-60 ਸਾਲ ਹੋ ਗਏ ਜੀ, ਮੇਰੇ ਦਾਦੇ ਵਰਗੇ ਪਹਿਲਾਂ ਜੋਗੇ ਰੇੜੇ ਤੋਂ ਸੂਆ ਕੱਢ ਕੇ ਲਿਆਉਂਦੇ ਸੀ, ਕਹਿੰਦੇ ਸਾਨੂੰ ਉਹ ਸੂਆ ਚਲਾ ਦਿੰਦੇ ਸਾਨੂੰ, ਕਹਿੰਦੇ ਵੀ ਉਹ 'ਚ ਪਾਣੀ ਪੂਰਾ ਕਰਨਾ, ਪਰ ਅਸੀਂ ਉੱਧਰ ਪਾਣੀ ਨਹੀਂ ਲੈਣਾ ਜੀ, ਜੋ 16-17 ਕਰੋੜ ਫਾਟੀ ਪਾਈਪ ਲਾਈਨ 'ਤੇ ਲੱਗਿਆ ਸਾਨੂੰ ਪਾਣੀ ਉੱਧਰੋਂ ਮਿਲੇ ਵੀ, ਅਸੀਂ ਇਹ ਕਹਿਣਾ ਸਾਨੂੰ ਪਾਣੀ ਪਾਈਪ ਲਾਈਨ ਰਾਹੀਂ ਮਿਲੇ ਜੀ। ਬਜ਼ੁਰਗ ਵੀ ਮੌਜੂਦ ਨੇ ਜਿੱਥੇ ਨੌਜਵਾਨ ਮੌਜੂਦ ਹੈ, ਬਜ਼ੁਰਗ ਵੀ ਮੌਜੂਦ ਨੇ, ਕਿਉਂਕਿ ਫਸਲਾਂ ਪਾਣੀ ਤੋਂ ਬਿਨਾਂ ਨਹੀਂ ਹੁੰਦੀਆਂ। ਬਾਪੂ ਜੀ ਤੁਹਾਡੀ ਵੱਡੀ ਉਮਰ ਹੋ ਗਈ, ਲੰਬੀ ਉਮਰ ਦਾ ਤਜਰਬਾ, ਕੀ ਲੱਗਦਾ ਕਿ ਪਹਿਲਾਂ ਸਰਕਾਰਾਂ ਨੇ ਵੀ ਵਾਅਦੇ ਕੀਤੇ ਵੀ ਪਾਣੀ ਪਹੁੰਚਾਵਾਂਗੇ ਟੇਲਾਂ 'ਤੇ, ਪਰ ਅੱਜ ਵੀ ਉਹੀ ਜਿਹੜਾ ਹੈਗਾ ਮਸਲਾ ਉੱਥੇ ਉਲਝਿਆ ਹੋਇਆ? 35-40 ਸਾਲ ਹੋ ਗਏ ਅਸੀਂ ਕਿਤੇ ਪਾਣੀ ਲਾ ਕੇ ਨਹੀਂ ਦੇਖਿਆ, ਜਦੋਂ ਮੀਂਹ ਪਾਉਂਦਾ ਉਦੋਂ ਮਗਰਲੇ ਮੋਗੇ ਬੰਦ ਕਰਦੇ ਉਹ ਪਾਣੀ ਆ ਜਾਂਦਾ, ਅਸੀਂ ਅੱਕ ਕੇ ਪਿਛਲੇ ਵਾਰ ਹੋਏ ਮਤਲਬ 1.5 ਸਾਲ ਉਦੋਂ ਵੀ ਬੰਨ ਪਾਤਾ ਸੀਗਾ, ਇੱਕ ਬਠਿੰਡਾ ਦਿਹਾਤੀ ਦਾ MLA ਕੋਟਫੱਤਾ ਅਤੇ ਮੈਸਰਖਾਨੇ ਵਾਲਾ ਸੁਖਬੀਰ, ਦੋਨੇ ਜਣਿਆਂ ਨੇ ਆ ਕੇ ਕਹਿੰਦੇ ਵੀ ਅਸੀਂ ਤੁਹਾਨੂੰ ਪਾਣੀ ਦੇਵਾਂਗੇ, ਅਤੇ ਬੰਨ ਖਿਲਾਤਾ, ਤਿੰਨੇ ਪਿੰਡ ਇਕੱਠੇ ਸੀ, ਕੋਟਭਾਰਾ, ਕੋਟਫੱਤਾ ਅਤੇ ਸਾਡਾ ਪਿੰਡ, ਅਤੇ ਉਦੋਂ ਕਹਿੰਦੇ ਤੁਹਾਡੇ ਨਾਲ ਧਰਨੇ 'ਤੇ ਬੈਠਾਂਗੇ ਕੋਈ, ਉਦੋਂ ਬਾਅਦ ਦੁਬਾਰਾ ਫਿਰ ਰੱਖ ਕੇ ਹੁਣ ਫਿਰ ਬੰਨ ਪਾਤਾ, 2 ਸਾਲ ਹੋ ਗਏ ਇਹਨਾਂ ਨੇ ਕੋਈ ਸਾਨੂੰ ਪਾਣੀ ਨਹੀਂ ਦਿੱਤਾ ਗਾ। ਦੋ MLA ਹੋਣ ਅਤੇ ਪਾਣੀ ਦਾ ਮਸਲਾ ਨਹੀਂ ਹੱਲ ਹੋਇਆ? ਨਾ ਜੀ, ਉਹ ਕੋਟਫੱਤਾ ਬਠਿੰਡੇ ਦਿਹਾਤੀ 'ਚ ਪੈਂਦਾ, ਅਸੀਂ ਮੌੜ 'ਚ ਪੈਂਦੇ ਹਾਂ, ਦੋਨੇ MLA ਨੇ ਆ ਕੇ ਬੰਨ ਖਿਲਾਇਆ ਸੀ ਉਹ, ਪਰ ਮਸਲਾ ਹਜੇ ਵੀ ਉਵੇਂ ਹੀ ਪਿਆ ਜੀ, ਉਹ ਪਾਣੀ ਹੁਣ ਨਹੀਂ ਆਉਂਦਾ ਗਾ, ਜਦੋਂ ਮੀਂਹ ਪੈ ਗਿਆ ਉਦੋਂ ਟੇਲਾਂ ਦੇ ਉੱਤੋਂ ਹੀ ਜਾਂਦਾ, ਉਹ ਸਾਡੇ ਫਿਰ ਨੁਕਸਾਨ ਕਰਦਾ ਜੀ, ਹੁਣ ਦੁਖੀ ਹੋ ਕੇ ਮਤਲਬ ਦੁਬਾਰਾ ਇਹ ਵੋਟਾਂ ਦਾ ਬਾਈਕਾਟ ਕਰਿਆ ਸੀ, ਕੋਈ ਸੁਣਵਾਈ ਨਹੀਂ ਗੀ, ਐਵੇਂ ਵਾਅਦੇ ਕਰਕੇ ਵਗ ਜਾਂਦੇ, ਮੁੜ ਕੇ ਕੋਈ ਆਉਂਦਾ ਨਹੀਂ ਗਾ। ਇੱਥੇ ਆਜ਼ਾਦ ਉਮੀਦਵਾਰ ਸੀ ਲੱਖਾ ਸਧਾਣਾ, ਜਾਂ ਹੁਣ ਉਹਨਾਂ ਨੇ ਕੋਈ ਗੱਲ ਕੀਤੀ ਤੁਹਾਡੇ ਨਾਲ ਆ ਕੇ ਵੀ ਅਸੀਂ ਤੁਹਾਡੇ ਨਾਲ? ਪਹਿਲਾਂ ਆਇਆ ਸੀ ਉਦੋਂ ਜਦੋਂ ਮੌੜ ਤੋਂ ਖੜਾ ਹੋਇਆ ਉਹ MLA ਵੇਲੇ, ਹੁਣ ਤਾਂ ਆਇਆ ਹੀ ਨਹੀਂ ਗਾ, ਜਦੋਂ ਪਾਵਰ ਜਿਹਨਾਂ ਦੇ ਕੋਲ ਉਹ ਨਹੀਂ ਕੋਈ ਕਰਦੇ, ਲੱਖਾ ਸਧਾਣਾ ਕੀ ਕਰੂ ਜੀ, ਇੱਥੇ ਕੋਈ ਸੁਣਵਾਈ ਨਹੀਂ ਕਿਸੇ ਦੀ, ਰੌਲਾ ਪਾ ਕੇ ਬਹਿ ਜਾਂਦਾ, ਇਹਦੇ ਕੀ ਪਤਾ ਕਿ ਮੁੜ ਕੇ ਹੁਣ ਖੁੱਡੀਆਂ ਕਹਿੰਦੇ, ਖੁੱਡੀਆਂ ਨੇ ਵੀ ਨਹੀਂ ਕੋਈ ਗਏ ਸੀ ਉਹਦੇ ਕੋਲੇ ਵੀ, ਨਹੀਂ ਸੁਣੀ ਕਿਸੇ ਦੀ ਕਿਸੇ ਨੇ। ਹੁਣ ਪੱਕੇ ਤੌਰ 'ਤੇ ਬਾਈਕਾਟ ਕਰਤਾ ਵੀ ਜਿੰਨਾ ਟਾਈਮ ਸਾਡਾ ਮਸਲਾ ਹੱਲ ਨਹੀਂ ਨਹੀਂ ਹੁੰਦਾ? ਨਹੀਂ, ਵੋਟਾਂ ਨਾ ਪੋਲਿੰਗ ਬੂਥ ਲੱਗਣ ਦੇ ਗਏ, ਵੋਟਾਂ ਵੀ ਜੇ ਕੇ ਆਖਣਾ ਕੋਈ ਪਾ ਗਿਆ ਨਹੀਂ ਪਾਉਣੀਆਂ ਦਿੰਦੇ ਕਿਸੇ ਨੂੰ, ਧੱਕਾ ਧੱਕੇ ਹੀ ਆ ਜੀ, ਹੋਰ ਕੀ ਆ, ਨਹੀਂ ਤਾਂ ਹੁਣ ਤੂੰ ਲਾ ਲਓ 35-40 ਸਾਲ ਹੋ ਗਏ ਸਾਨੂੰ, ਮੈਨੂੰ ਇਸ ਕੰਮ ਦੇ ਵਿੱਚ ਬੜੇ ਨੂੰ ਬਾਈ ਕਰਦੇ ਨੂੰ ਕੋਈ ਪਾਣੀ ਨਹੀਂ ਲਾ ਕੇ ਦੇਖਿਆ ਕਿਤੇ ਅਸੀਂ, ਅਤੇ ਹੁਣ ਹੋਰ ਕੀ ਕਰਨ ਫਿਰ ਪਿੰਡ ਵਾਲੇ, ਬੋਰਾਂ ਵਾਲਾ ਪਾਣੀ ਮਾੜਾ ਥੱਲੇ ਧਰਤੀ ਦਾ, ਬਾਣਾ ਜਾ ਕੇ ਦੇਖੋ ਤੁਸੀਂ ਬੁਰਾ ਹਾਲ ਹੋਇਆ ਪਿਆ, ਧਰਤੀਆਂ ਮਤਲਬ ਚਿੱਟਾ ਸ਼ੋਰਾ ਆਇਆ ਪਿਆ ਸਾਰੇ ਬਾਣਾਂ ਦੇ ਉੱਤੇ ਬੋਰਾਂ ਦਾ ਪਾਣੀ ਲਾ ਲਾ ਕੇ, ਅਤੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਕਰੀ ਗਈ, ਲੋਕਾਂ ਨੇ ਦੋਨੇ ਸਰਕਾਰਾਂ ਦੇਖੀਆਂ ਬਦਲਾਅ ਦੇ ਕਰਕੇ ਵੋਟਾਂ ਪੈਂਗਾ ਸੀ, ਇਹਨਾਂ ਦਾ ਵੀ ਉਹੀ ਹਾਲ ਆ ਜੀ, ਮੁੜ ਕੇ ਇਹਨਾਂ ਨਹੀਂ ਕਿਸੇ ਵਿਸਾਰ ਲਈ ਕਿਸੇ ਦੀ। ਇਹ ਤਾਂ ਕਹਿੰਦੇ ਟੇਲਾ 'ਤੇ ਪਾਣੀ ਪਹੁੰਚਾਤਾ, ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬੋਲਦਾ ਹੁੰਦਾ, ਗੱਲਾਂ ਬਾਤਾਂ ਤਾਂ ਕੁਛ ਕਰੀ ਜਾਣ ਜੀ, ਪਰ ਜਦੋਂ ਪਿੰਡਾਂ ਤੁਹਾਡੇ ਕੋਲ 3 ਪਿੰਡ ਜਾ ਕੇ ਕੋਟਭਾਰਾ ਕੋਟਫੱਤੇ ਪੁੱਛ ਲਓ, ਉੱਥੇ ਵੀ ਇਹੀ ਹਾਲ ਹੈਗਾ, ਉੱਥੇ ਤਾਂ ਦੋਨਾਂ ਪਿੰਡਾਂ ਦੇ ਵਿੱਚ ਨਾਲੇ ਦਾ ਪਾਣੀ ਲੱਗਦਾ, ਉਹ ਨਾਲ ਲੱਗਦੇ ਹੈਗੇ, ਪਾਈਪਾਂ ਪੂਪਾਂ ਸਾਡੇ ਪਿੰਡ ਦੇ ਹੀ ਪਾ ਕੇ ਲਿਆ, ਪਰ ਉਹ ਚੱਲਦੀਆਂ ਡੀਜ਼ਲ ਮਚਾਉਣਾ ਪੈਂਦਾ ਜੀ, ਉੱਥੇ ਡੀਜ਼ਲ ਪੀਟਰ ਧਰੇ ਵਿਆ, ਕੋਈ ਟਰੈਕਟਰ ਲਾਉਂਦਾ ਹੈਗਾ, ਖਰਚਾ ਤਾਂ ਪੈਂਦਾ, ਕਿੱਥੇ ਹੁਣ ਕੱਸੀ ਦਾ ਪਾਣੀ ਮੁਫ਼ਤ 'ਚ ਆਉਂਦਾ ਹੈਗਾ, ਅਤੇ ਨਾਲੇ ਪਾਣੀ ਵੱਧ ਗਿਆ ਹੈਗਾ, ਇਹ ਪਾਣੀ ਮਾੜੇ ਹੈਗੇ, ਹੁਣ ਤੁਸੀਂ ਆ ਲਓ ਉਹਦੇ 'ਚੋਂ ਇੰਨਾ ਮੁਸ਼ਕ ਮਾਰਦਾ ਡਰੇਨ ਵਾਲੇ ਪਾਣੀ 'ਚੋਂ, ਅਤੇ ਵਿੱਚ ਖੜ ਕੇ ਪਾਣੀ ਕਿਵੇਂ ਲਾਵਾਂਗੇ ਉਹ, ਇਹਦਾ ਧੱਕਾ ਕਰਦੇ ਆ, ਨਾ ਪਾਣੀ ਬੰਦ ਕਰਦੇ, ਇਹਦਾ ਤੁਹਾਨੂੰ ਬੰਨ ਪਾਇਆ ਪਿਆ, ਖੋਲਦੇ ਖਾਲਦੇ ਜਿੰਨਾ ਚਿਰ ਮਤਲਬ ਉਹ ਨਹੀਂ ਹੁੰਦਾ ਜੀ, ਨਾ ਵੋਟਾਂ ਪੈ ਗਈਆਂ।
ਇੰਨਾ ਸਮਾਂ ਹੋ ਗਿਆ ਸੀ ਵੋਟਾਂ ਪਾਉਂਦਿਆਂ ਨੂੰ ਕਿ ਬਦਲਾਅ ਆਊਗਾ, ਨਵਾਂ ਸਰਕਾਰ ਚੁਣੀ ਜਾਊ, ਪਾਣੀ ਟੇਲਾਂ ਤੋਂ ਘਰ ਘਰ ਪਹੁੰਚ ਜੂ, ਖੇਤਾਂ 'ਚ ਪਹੁੰਚ ਜੂ, ਪਹੁੰਚਿਆ ਨਹੀਂ, ਕੀ ਲੱਗਦਾ? ਲੱਗਦਾ ਤਾਂ ਇਹ ਹੈ ਜੀ, ਪਿਛਲੀਆਂ ਸਰਕਾਰਾਂ ਤੋਂ 76 ਸਾਲ ਤੋਂ ਲੈ ਕੇ ਮੰਨ ਲਓ ਆ ਰਿਹਾ, 76 ਸਾਲ ਤੋਂ ਲੋਕ ਅੱਕੇ ਹੋਏ ਸੀ, ਇਹਨਾਂ ਨੂੰ ਚੰਗਾ ਦੇਖ ਕੇ ਵੋਟਾਂ ਨਹੀਂ ਕਿਸੇ ਨੇ ਪਾਈਆਂ। ਉਹ ਬਦਲਾਅ 'ਚੋਂ ਸਾਨੂੰ ਐਂ ਦਿੰਦਾ ਸੀ ਕੁਛ ਨਾ ਸਾਡੇ ਲੋਕਾਂ ਨੂੰ ਵੀ ਚੰਗਾ ਮਿਲੂ, ਉਹਦੇ ਬਜਾਏ ਉਲਟਾ ਹੋਇਆ। ਇਹਨਾਂ ਨੇ ਤਾਂ ਉਦੋਂ ਵੀ ਚੰਦ ਚਾੜਤੇ, ਪਿੱਛੇ ਤੁਸੀਂ ਦੇਖਿਆ ਹੋਣਾ ਸ਼ਰਾਬਾਂ ਕੱਢਤੀਆਂ ਬੁੜੀਆਂ ਲਈ, ਕਿ ਸਾਨੂੰ ਲੋੜ ਹੈ, ਕੋਲਡ ਡਰਿੰਕਾਂ 'ਚ ਨਸ਼ਾ ਆਈ ਜਾਂਦਾ, ਕਿ ਸਾਨੂੰ ਲੋੜ ਆ, ਉਹ ਸਾਨੂੰ ਪਾਣੀ ਦੀ ਲੋੜ ਆ, ਖੇਤੀ ਲਈ ਪਾਣੀ ਆ ਨਹੀਂ ਰਿਹਾ। ਜਿਹੜੇ ਅੱਜ ਮੁੱਖ ਤੌਰ 'ਤੇ MLA ਤੋਂ ਪਹਿਲਾਂ ਸਾਡੇ ਕਮਾਲੂ ਜਿੱਤਿਆ ਪਿਛਲੀ ਵਾਰੀ ਜਦੋਂ ਕਾਂਗਰਸ ਦੀ ਸਰਕਾਰ ਸੀ, ਆਪ ਵਾਲਿਆਂ ਦਾ ਕਮਾਲੂ ਦਾ ਵੀ ਉਹੀ ਹਾਲ ਸੀ। ਆਹ ਹੁਣ ਸਾਡੇ 20 ਕਿਲੋਮੀਟਰ 'ਚ 3 MLA ਆ, ਬਲਜਿੰਦਰ ਕੌਰ, ਕੋਟ ਫਤਿਹ ਵਾਲਾ ਰਤਨ, ਮੈਂ ਸਰਖਾਨੇ ਵਾਲਾ ਸੁਖਵੀਰ MLA, 3 ਹੋ ਗਏ। ਅਸੀਂ 3 ਦੀਆਂ ਮਿੰਨਤਾਂ ਕਰਕੇ ਮਰ ਗਏ, ਅੱਜ ਤੱਕ ਸਾਡੇ ਪਾਣੀ ਦੀ ਘੁੱਟ ਨਹੀਂ ਆਈ, ਪਾਣੀ ਕਨੀ ਉਹ ਤਰਸਦੇ। ਹਾਲਾਤ ਐਡੇ ਆ ਕਿ ਜਦੋਂ ਵੋਟਾਂ ਲੈਣੀਆਂ ਸੀ, ਸੁਖਵੀਰ ਮੈਸਰਖਾਨਾ ਇਹ ਕਹਿੰਦਾ ਸੀ ਮੈਂ ਤੁਹਾਡੇ ਉੱਥੇ ਪਾਈਪਾਂ 'ਤੇ ਕੈਮਰੇ ਲਵਾ ਦੂੰ ਜੇ ਕੋਈ ਕੁਛ ਕਰਦਾ ਹੋਇਆ। ਕੈਮਰੇ ਤਾਂ ਕੀ ਲਵਾਉਣੇ ਸੀ, ਸਾਡੀ ਗੱਲ ਸੁਣ ਨੂੰ ਹਟ ਗਿਆ ਸੀ, ਇੱਥੇ ਉਹਦਾ ਵਿਰੋਧ ਨਹੀਂ ਕਰਦੇ ਸੀ, ਉਹ ਤੋਂ ਗੱਲਬਾਤ ਹੀ ਪੁੱਛਦੇ ਸੀ। ਕੈਮਰੇ ਖੋਣ ਤੱਕ ਗਿਆ, ਮਤਲਬ ਸਾਡੇ ਮੋਬਾਈਲ ਖੋਹੇ, ਮੋਬਾਈਲ ਖੋਹ ਕੇ ਜਦੋਂ ਪੁੱਛਿਆ ਕਿਸੇ ਪੱਤਰਕਾਰ ਨੇ, ਵੀਰ ਨੇ ਪੁੱਛਿਆ ਵੀ ਤੂੰ ਆਹ ਮੋਬਾਈਲ ਖੋਹ ਕੀ ਕਰਦਾ, ਕਹਿੰਦਾ ਮੇਰਾ ਸਟਾਈਲ ਸੀ ਗੱਲ ਕਰਨ ਦਾ। ਇਹਨਾਂ ਦੇ ਤਾਂ ਸਟਾਈਲ ਹੀ ਬਦਲ ਗਏ, ਜਿਹੜੇ ਆਮ ਘਰਾਂ ਦੇ ਸੀ ਉਹ ਖਾਸ ਦੇ ਬਣ ਗਏ, ਖਾਸ ਦੇ ਬਣ ਕੇ ਰਹਿ ਗਏ, ਹੁਣ ਤੁਹਾਡੇ ਸਾਹਮਣੇ ਹੈ। ਸਾਡੀ ਖੇਤੀ ਨੀਤੀ ਵੀ ਤੋੜਤੀ, ਮੰਡੀਕਰਨ ਬੋਰਡ ਤੋੜ ਕੇ ਕਾਰਪੋਰੇਟ ਹੱਥਾਂ ਦੇ ਘਰਾਣਿਆਂ 'ਚ ਦੇਤਾ ਸੀ, ਜੇ ਲੋਕਾਂ ਨੇ ਰੌਲਾ ਪਾਲਿਆ ਕੱਲ੍ਹ ਵਾਪਸ ਕਰ ਲਿਆ, ਕਾਨੂੰਨ ਥੁੱਕ ਕੇ ਨਾਲ ਦੀ ਨਾਲ ਚੱਟ ਲੈਂਦੇ ਇਹਨਾਂ 'ਚ ਤਾਂ ਕੁਛ। 70 ਸਾਲ ਹੋ ਗਏ ਕਹਿੰਦੇ ਆਜ਼ਾਦੀ, ਅਸੀਂ ਕਹਿੰਦੇ ਆਜ਼ਾਦੀ ਨਹੀਂ, ਸਾਨੂੰ ਵੇਚਤਾ, ਗੁਲਾਮ ਕਰਤਾ। ਨਹਿਰੂ ਤਾਂ ਜਨਾਹ ਨੇ, ਜਨਾਹ ਉੱਧਰ ਆਪਦੀ ਸਰਕਾਰ ਬਣਾ ਗਿਆ, ਨਹਿਰੂ ਇੱਧਰ ਬਣਾ ਗਿਆ, ਸਾਡੇ ਲੋਕ ਉਹੀ ਛਿੱਤਰ ਖਾਂਦੇ ਰਹਿ ਗਏ। ਅਸੀਂ ਹੁਣ ਇਹ ਫੈਸਲਾ ਕਰਿਆ, ਨਗਰ ਬਣੀਓ, ਸਾਰੇ ਨਗਰ ਬਣੀਓ, ਕੋਈ ਜਥੇਬੰਦੀ ਦਾ ਆਸਰਾ ਨਹੀਂ, ਨਗਰ ਇੱਕ ਜੁੱਟ ਹੋ ਕੇ ਜਿੱਥੋਂ ਤੱਕ ਲੜਿਆਗਾ ਲੜਾਂਗੇ, ਪਿੰਡਾਂ 'ਚ ਵੜਨ ਨਹੀਂ ਦਿੰਦੇ। ਵਾਹ ਲੱਗਦੀ, ਜਿਹੜੇ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਨਾ ਵੀ ਡਲੇ ਮਾਰਿਓ ਆਇਆਂ ਦੇ, ਪਾਥੀਆਂ ਮਾਰਿਓ, ਹੁਣ ਆਪ 'ਤੇ ਪੈਂਦੀਆਂ ਦੇਖਿਆ ਇਹਨਾਂ 'ਤੇ ਕਿਵੇਂ ਪੈਣਗੀਆਂ। ਆਹੀ ਸਾਡੀ ਅਪੀਲ ਆ ਵੀ ਸਾਡੇ ਪਾਣੀ, ਜਿੰਨਾ ਚਿਰ ਪਾਣੀ ਨਹੀਂ ਆਉਂਦਾ ਨਾ ਬੰਨ ਖੋਲੀਏ। ਅਮਿਤ ਰਤਨ ਕਹਿੰਦਾ ਸੀ ਮੈਂ ਟੈਂਟ ਲਾ ਕੇ ਬੈਠੂ ਤੁਹਾਡੇ ਨਾਲ, ਜਿੱਦੇ ਬੰਨ ਖਲਾਇਆ ਉਹਦਾ ਟੈਂਟ ਹੀ ਪਾੜ ਗਿਆ, ਕੱਲ੍ਹ ਮੰਗ ਪੱਤਰ ਵੀ ਨਹੀਂ ਲੈਣ ਆਇਆ। ਹਾਂ, ਮੰਗ ਪੱਤਰ ਵੀ ਬਾਹਰ ਗਏ ਚਪੇ ਕੇ ਆਏ ਉਹਦੇ, ਇੱਥੋਂ ਤਾਂ ਹੀ ਗਿਰ ਗਏ। ਤਾਂ ਜਿਹੜੇ ਆਮ ਘਰਾਂ ਦੇ ਸੀ, ਮਿਲਣੋਂ ਵੀ ਗਏ, ਮਿਲਣ ਗਿਆ ਨੂੰ ਤਾਂ ਡਰਾਉਂਦੇ ਆ, ਸਾਨੂੰ ਕਹਿੰਦੇ ਤੁਸੀਂ ਕੀ ਕਰ ਲਓਗੇ। ਸੁਖਵੀਰ ਕੋਲ ਮਿਲਣ ਗਏ, ਇੱਥੇ 10 ਬੰਦੇ ਹੋਣੇ ਆ, ਕਹਿੰਦਾ ਤੁਸੀਂ ਕੀ ਕਰ ਲਓਗੇ, ਸਿੱਖੋਂ ਦਾ ਕੀ ਕਰ ਲਿਆ। ਫਿਰ ਉਹਨੂੰ ਦੱਸਿਆ ਸੀ ਵੀ ਸਿੱਖੋਂ ਦੀ ਦੌੜ ਲਵਾਈ ਸੀ ਕੱਚੇ ਰਾਹ ਭਾਰੇ ਵਾਲੇ, ਅਸੀਂ ਪਿੱਛੇ ਹਟਣ ਵਾਲੇ ਨਹੀਂ, ਜਾਨਾਂ ਬੇਸ਼ੱਕ ਲੱਗ ਜਾਣ, ਪਾਣੀ ਲੈ ਕੇ ਰਹਾਂਗੇ, ਹਰ ਹਾਲਤ ਸਾਡਾ ਹੱਕ ਆ। ਬਿਲਕੁਲ, ਇਹ ਹਾਲਾਤ ਨੇ, ਹੋਰ ਵੀ ਬਾਪੂ ਬੈਠੇ ਨੇ, ਲੰਬਾ ਸਮਾਂ ਹੋ ਗਿਆ। ਬਾਪੂ ਜੀ, ਵੀਰੇ ਕੀ ਲੱਗਦਾ ਕਿ ਆਹ ਬੋਰਡ ਚਪਕਾਉਣੇ ਪੈ ਗਏ ਵੀ ਭਾਈ ਸਾਡੇ ਪਿੰਡ ਵੋਟਾਂ ਲੈਣ ਆਇਓ, ਪਹਿਲਾਂ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਬੜੇ ਵਾਅਦੇ ਕੀਤੇ ਗਏ ਸੀ? ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਇਹ ਜੀ ਸਾਨੂੰ ਇਸ ਕਰਕੇ ਚਮਕਾਉਣੇ ਪਏ ਆ ਕਿਉਂਕਿ ਸਾਡੀਆਂ ਦੋ ਸਰਕਾਰਾਂ ਕਾਂਗਰਸ ਅਤੇ ਅਕਾਲੀ ਵੇਲੇ ਸਾਨੂੰ ਇਹਨਾਂ 'ਤੇ ਬਹੁਤ ਆਸ ਸੀ, ਸਾਨੂੰ ਸੇਖੋਂ ਸਾਹਿਬ 'ਤੇ, ਅਤੇ ਸਾਡੀ ਪਾਈਪ ਲਾਈਨ ਪਵਾਈ ਗਈ ਅਤੇ ਸੇਖੋਂ ਸਾਹਿਬ ਨੇ ਸਾਨੂੰ ਇੱਥੋਂ ਤੱਕ ਪੇਰੋਲ ਦਿੱਤੀ ਸੀ ਕਿ ਵੀ ਤੁਹਾਡੇ ਇਹ ਮੈਂ ਆਹ ਪਲਾਨ 'ਚ ਤੁਹਾਨੂੰ ਪਾਣੀ ਤੁਹਾਡਾ ਪੂਰਾ ਫੁੱਲ ਕਰ ਦੂੰਗਾ। ਅਤੇ ਸੇਖੋਂ ਸਾਹਿਬ ਵੀ 5 ਸਾਲ ਇੱਥੇ ਰਹਿ ਗਏ, ਸਿੰਚਾਈ ਮੰਤਰੀ ਰਹੇ, ਉਹ ਸਾਡੀ ਪੁਰਾਣੀ ਕੱਚੀ ਦੇ ਵਿੱਚ ਉਹ 2 ਮਹੀਨੇ ਪਾਣੀ ਦਿੱਤਾ ਉਹਨਾਂ ਨੇ, ਅਤੇ 2 ਮਹੀਨੇ ਪਾਣੀ ਦੇ ਕੇ ਲੋਕਾਂ ਨੂੰ ਐਂ ਕਹਿਤਾ ਵੀ ਬਹੁਤ ਪਾਣੀ ਆਉਂਦਾ, ਨਾ ਤਾਂ ਸਾਨੂੰ ਪਿਛਲੀ ਕੱਸੀ 'ਚੋਂ ਨਾ ਸਾਡੀਆਂ ਪਾਈਪਾਂ, ਅਤੇ ਸੇਖੋਂ ਸਾਹਿਬ ਦੀ ਦੌੜ ਸਾਨੂੰ ਚਾਚਾ ਜੀ ਸਾਡੇ ਕਹਿ ਗਿਆ ਵੀ ਸਾਨੂੰ ਤਾਂ ਲਵਾਉਣੀ ਪਈ, ਸਾਡੇ ਮੂਹਰੇ ਆਹ ਵੀ ਇੱਕ ਟੁੱਲੂ ਪੰਪ ਫੜਾ ਗਿਆ ਸਾਨੂੰ, ਉਹ ਨਾ ਤਾਂ ਇਹ ਵਿਹਲਾ ਹੁੰਦਾ ਅਤੇ ਨਾ ਇਹ 'ਚ ਪਾਣੀ ਆਉਂਦਾ।
ਇਹੋ ਜਿਹਾ ਇਹ ਟੁੱਲੂ ਪੰਪ ਦਿੱਤਾ ਸਾਨੂੰ ਨੇ ਵੀ ਮੰਨ ਕੇ ਚੱਲੋ ਸਾਰੀ ਉਮਰ ਅਸੀਂ ਯਾਦ ਰੱਖਾਂਗੇ। ਅਤੇ ਆਹ ਤੁਹਾਡਾ ਹੁਣ ਜਿਹੜੇ ਆਪ ਵਾਲੇ ਆ ਅਸੀਂ ਆਪ ਦੇ ਵਰਕਰ ਹਾਂ ਪੂਰੀ ਫੁੱਲ ਕਮਾਲੂ ਵੇਲੇ ਸਪੋਰਟ ਕਰੀ ਸੀ ਹੁਣ ਵੀ ਫੁੱਲ ਕਰੀ ਆ ਅਸਕਵੀਰ ਵੇਲੇ ਅਤੇ ਪਰ ਸਾਨੂੰ ਇਹਨਾਂ ਤੋਂ 1% ਵੀ ਆਸ ਨਹੀਂ ਕਿਸੇ 1% ਵੀ ਸਾਨੂੰ ਕੋਈ ਇਹ ਸਾਡੇ ਵਾਸਤੇ ਕੁਛ ਕਰਨਗੇ। ਪਹਿਲੀ ਗੱਲ ਸਾਡੀ ਇੱਥੇ ਕੋਈ ਆ ਕੇ ਅੱਜ ਤੱਕ ਸੁਖਬੀਰ ਨੇ ਕੋਈ ਪਿੰਡ 'ਚ ਗੱਲਬਾਤ ਨਹੀਂ ਸੁਣੀ। ਇੱਕ ਵਾਰੀ ਆਇਆ ਸੀ ਲਿਆ ਕੇ ਸਾਰਾ ਮਹਿਕਮ ਬਹਾ ਤਾ ਕਿਸੇ ਦਾ ਕੋਈ 5 ਪੈਸਿਆਂ ਦਾ ਕੰਮ ਨਹੀਂ ਹੋਇਆ। ਤੁਸੀਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ? ਕਿਹੜੇ ਅਧਿਕਾਰੀ ਜੀ, ਸਾਨੂੰ ਜਿੱਥੇ ਵੀ ਕਹਿੰਦੇ ਆ ਸਾਡੇ ਪਿੰਡ ਦੇ 10-15 ਮੋਹਤਵਾਰ ਸਿੰਘ ਆ ਜਿਹੜੇ ਡੇਲੀ ਜਾਂਦੇ ਆ ਕਿਤੇ SSP ਕੋਲ, ਕਿਤੇ DC ਕੋਲ, ਹਰੇਕ ਮਹਿਕਮੇ ਦੇ ਵਿੱਚ ਡੇਲੀ ਜਾਂਦੇ ਆ। ਜਵਾਹਰ ਕੇ ਹੋ ਗਿਆ ਦਫ਼ਤਰਾਂ ਦਾ, ਉੱਥੇ ਜਾਂਦੇ ਆ। ਨਹਿਰੀ ਮਹਿਕਮੇ ਕੋਲ ਤੁਰੇ ਹੀ ਫਿਰਦੇ ਆ ਸਾਡੇ ਸਿੰਘ। 70 ਸਾਲ ਹੋ ਗਏ ਕਹਿੰਦੇ ਸਾਡੇ ਅੰਗਰੇਜ਼ਾਂ ਨੇ ਕੱਸੀਆਂ ਕੱਢੀਆਂ ਸੀ ਸਾਡੇ, ਕਹਿੰਦੇ ਬੁੜੇ ਕਹਿੰਦੇ ਸਾਡੇ ਨਾਲ ਵੀ ਅੰਗਰੇਜ਼ ਵੀ ਧੋਖਾ ਕਰਕੇ ਸਾਡੇ ਤੋਂ ਉਦੋਂ ਵੀ ਨਹੀਂ ਆਇਆ ਅਤੇ ਹੁਣ ਤਾਂ ਇਹ 3 ਸਰਕਾਰਾਂ ਨੇ ਸਾਨੂੰ ਵਿੱਚ ਕੇ ਖਾ ਲਿਆ ਵੀ ਸਾਡੇ ਬਾਰੇ ਕੁਛ ਸੋਚ ਹੀ ਨਹੀਂ ਰਹੇ, ਨਾ ਸਾਡੇ ਬਾਰੇ ਨਾ ਸਾਡੇ ਬੱਚਿਆਂ ਬਾਰੇ। ਸਾਡੇ ਕੋਲ ਜਦੋਂ ਖੇਤੀ ਨੂੰ ਪਾਣੀ ਲੱਗ ਰਿਹਾ ਸਾਡੇ ਬੱਚੇ ਕੀ ਕਰਨਗੇ? ਹੱਥ 'ਚ ਸਾਡੇ ਬੱਚਿਆਂ ਦੇ 2-2 ਫੁੱਟ ਦੇ ਫੁੱਟ ਦੇ ਇਹਨਾਂ ਨੇ ਲੈਪਟੋਪ, ਚੰਗੇ ਤੋਂ ਚੰਗੇ ਮੋਬਾਈਲ, ਚੰਗੇ ਤੋਂ ਚੰਗੇ ਨਸ਼ੇ, ਅਤੇ ਕੀ ਕਰਨਗੇ? ਸਾਡੇ ਮੰਨ ਕੇ ਚੱਲੋ 4 ਪਿੰਡ ਆ, ਕੋਟਪਾਰਾ ਭਾਈ, ਕੋਟਫੱਤਾ ਰਾਮਗੜ੍ਹ ਪੁੰਦੜਾ ਅਤੇ ਇੱਧਰ ਚੱਠੇ ਵਾਲਾ, ਚਾਰੇ ਪਿੰਡਾਂ ਦੇ ਹੱਥ 'ਚ ਸਾਡੇ ਕੁਛ ਵੀ ਪੱਲੇ ਨਹੀਂ, 1% ਵੀ ਸਾਡੇ ਕੋਲ ਪਾਣੀ ਨਹੀਂ ਆਉਂਦਾ। ਇੱਥੇ ਵੀ ਜਾ ਕੇ ਮੌਕਾ ਦੇਖ ਲਓ, ਉੱਥੇ ਜਾ ਕੇ ਵੀਡੀਓ ਬਣਵਾ ਲਓ, ਦੇਖੋ ਕਿਤੇ ਵੀ ਸਾਡੇ ਕਿਤੇ 70 ਸਾਲਾਂ ਤੋਂ ਇੰਨੇ ਬਜ਼ੁਰਗ ਬੈਠੇ ਆ ਵੀ ਇਹਨਾਂ ਨੂੰ ਪੁੱਛੋ ਵੀ ਕਿਤੇ ਪਾਣੀ ਲਾ ਕੇ ਦੇਖਿਆ ਤੁਸੀਂ ਸੀਜ਼ਨ 'ਚ? ਤੁਸੀਂ ਨਾਲ ਨਸ਼ੇ ਦੀ ਵੀ ਗੱਲ ਕੀਤੀ, ਸਰਕਾਰ ਤਾਂ ਕਹਿੰਦੀ ਵੀ ਨਸ਼ੇ ਵੱਧ ਗਿਆ, ਕਹਿੰਦੇ ਇਲਾਕੀ ਤੌਰ 'ਤੇ ਸਰਕਾਰ ਕਹਿੰਦੀ ਨਸ਼ੇ ਨਹੀਂ ਹੈਗਾ ਕਿਤੇ ਹੁਣ? ਨਸ਼ੇ ਦਾ ਸਾਡੇ ਪਿੰਡ 'ਚ ਤੁਸੀਂ ਜਾ ਕੇ ਦੇਖੋ ਜੀ, ਸਾਡੇ ਗੁੱਝੇ ਜਵਾਕ ਕਿੰਨੇ ਮਤਲਬ ਵੀ ਸਾਨੂੰ ਛੱਠ ਕਰ ਰਹੇ ਆ, ਸਾਡੇ ਬਜ਼ੁਰਗਾਂ ਨੂੰ, ਬੁੜਿਆਂ ਨੂੰ, ਠੀਕ ਹੈ, ਬਹੁਤ ਜ਼ਿਆਦਾ ਨਸ਼ਾ ਵਿਕ ਰਿਹਾ, ਬਹੁਤ ਸਾਡੇ ਪਿੰਡ ਦੇ ਨੌਜਵਾਨ ਆ ਜਿਹੜੇ ਛੋਟੇ ਹੱਥੋਂ ਸਾਡੀ ਉਮਰ ਤੋਂ ਬਹੁਤ ਜ਼ਿਆਦਾ ਨਸ਼ਾ ਕਰ ਰਹੇ ਆ ਗੁਪਤ, ਜਿਨ੍ਹਾਂ ਨੂੰ ਵੀ ਮੰਨ ਕੇ ਚੱਲੋ ਮਾਂ ਪਿਓ ਨੂੰ ਦੱਸ ਹੀ ਨਹੀਂ ਰਹੇ ਵੀ ਅਸੀਂ ਕੀ ਕਰ ਰਹੇ ਹਾਂ, ਇੰਨਾ ਜ਼ਿਆਦਾ ਨਸ਼ੇ ਦਾ ਬੁਰਾ ਹਾਲ ਆ ਬਾਈ। ਵਾਅਦੇ ਤਾਂ ਹੁਣ ਪਾਣੀ ਪੂਣੀ ਨੂੰ ਲੈ ਕੇ ਇਹਨਾਂ ਸਰਕਾਰਾਂ ਨੇ ਕਰ ਲਈ ਸੀ, ਵੋਟਾਂ ਫੇਰ ਆ ਗਈਆਂ। ਹਾਂਜੀ, ਹੁਣ ਪਿੰਡ 'ਚ ਤਾਂ ਤੁਸੀਂ ਕਹਿੰਦਾ ਵੀ ਅਸੀਂ ਵੜ ਨਹੀਂ ਦੇਣਾ, ਕੋਈ ਰਾਜਨੀਤਿਕ ਬੰਦਾ ਬੇਸ਼ੱਕ ਆਜ਼ਾਦ, ਫਿਰ ਪਾਣੀ ਦਾ ਮਸਲਾ ਹੱਲ ਕਿਵੇਂ ਹੋਊਗਾ? ਮਸਲਾ ਬਸ ਹੱਲ ਜੀ ਇਹਨਾਂ ਦਾ, ਮੰਨ ਲਓ ਐਂ ਹੈ ਜੀ ਗੱਲ, ਪੂਰਨ ਤੌਰ 'ਤੇ ਵੋਟਾਂ ਤੋਂ ਤਾਂ ਸਾਡਾ ਬਾਈਕਾਟ ਹੀ ਆ ਜੀ। ਮੰਨ ਲਓ ਵੋਟਾਂ ਦੇ ਹੁਣ ਮਤਲਬ ਕੋਈ ਇਹਨਾਂ ਨਾਲ ਕੋਈ ਲੱਲਾ ਖੱਖੀ ਨਹੀਂ ਰਿਹਾ ਜੀ ਇਹਨਾਂ ਨੇ ਸਾਰਿਆਂ ਨਾਲ, ਵੀ ਮੰਨ ਲਾ ਮੰਨ ਕੇ ਚੱਲੋ ਜੀ ਇਹਨਾਂ ਤੋਂ ਅਸੀਂ ਇਹਨਾਂ ਦੇ ਵਾਅਦਿਆਂ ਤੋਂ ਅੱਕਿਆ ਨਹੀਂ, ਮੰਨ ਲਓ ਬਾਈਕਾਟ ਕਰਿਆ ਜੀ। ਜੇ ਹੁਣ ਇਹਨਾਂ ਤੋਂ ਅੱਕਿਆ ਜੀ, ਅੱਕਿਆਂ ਤੋਂ ਬਾਅਦ ਹੀ ਮੰਨ ਲਓ ਅਸੀਂ ਬਾਈਕਾਟ ਕਰਿਆ ਜੀ ਇਹਨਾਂ ਦਾ, ਜੇ ਹੁਣ ਮੰਨ ਲਓ ਇਹ ਫਿਰ ਸਾਡੇ ਨਾਲ ਜੀ, ਇਹ ਸਾਡੇ ਨਾਲ ਇੱਕ ਘਰਾਂ ਨਹੀਂ ਧੋਖਾ ਹੋਇਆ ਜੀ, ਜਿੰਨੀਆਂ ਸਰਕਾਰਾਂ ਆਈਆਂ ਸਾਰੀਆਂ ਸਰਕਾਰਾਂ ਬੜੀ ਧੋਖੇ ਹੋਏ ਆ। ਅਸੀਂ ਇਹਨਾਂ ਅੱਕਿਆਂ ਤੋਂ ਬਾਅਦ ਮੰਨ ਲਾ ਜਿਵੇਂ ਕੋਈ ਬੰਦਾ ਜਿਵੇਂ ਡਿਪਰੈਸ਼ਨ 'ਚ ਆ ਜਾਂਦਾ ਜੀ, ਅੱਕਿਆਂ ਨੇ ਮੰਨ ਲਓ ਬਾਈਕਾਟ ਕਰਿਆ ਜੀ ਪਿੰਡ ਦਾ। ਇਹਨਾਂ ਨੇ ਮੰਨ ਲਓ ਪਾਣੀ ਦਾ 2012 ਦੇ ਵਿੱਚ ਜੀ ਸਾਡੀ ਕੱਸੀ ਆ ਜਿਹੜੀ ਰੱਲੇ ਤੋਂ ਆਉਂਦੀ ਹੈ ਉਹ ਨਵੀਂ ਬਣਾਈ, ਕਾਗਜ਼ਾਂ 'ਚ ਤਾਂ ਬਣਾਤੀ ਜੀ, ਸਾਡੇ ਇੱਥੇ ਇੱਟ ਵੀ ਨਹੀਂ ਲੱਗੀ ਜੀ। ਇਹਦਾ ਇਹੋ ਜਿਹੀਆਂ ਸਰਕਾਰਾਂ 'ਚ ਜੀ ਮੰਨ ਲਓ ਪੈਸੇ ਖਾ ਗਏ ਜੀ ਕੱਸੀ ਬਣਾਈ ਦੇ, 2012 'ਚ ਕਾਗਜ਼ਾਂ 'ਚ ਕੱਸੀ ਨਵੀਂ ਬਣਾਈ ਦਿਖਾਤੀ ਜੀ, ਅਤੇ ਮੰਨ ਲਓ ਉੱਥੇ ਸਾਡੇ ਇੱਟ ਵੀ ਨਹੀਂ ਲੱਗੀ ਜੀ, ਉਵੇਂ ਜੇਕਰ ਪੁਰਾਣੀ ਹਾਲਤ 'ਚ ਲੇਵਲ ਡਾਊਨ ਉੱਚਾ ਜੀ, ਐਕਸ਼ਨ ਸਾਹਿਬ ਨੇ ਹੁਣ 2 ਵਾਰਾਂ ਲੇਵਲ ਕਰਾ ਲਿਆ ਜੀ ਉਹਦਾ ਕੱਸੀ ਦਾ, ਅਤੇ ਲੇਵਲ ਹੀ ਬਾਹਲਾ ਉੱਚਾ ਨੀਵਾਂ ਜੀ, 2012 'ਚ ਇਹਨਾਂ ਨੇ ਕਾਗਜ਼ਾਂ 'ਚ ਬਣਾਈ ਦਿਖਾਤੀ ਜੀ, ਉੱਥੇ ਇੱਟ ਵੀ ਨਹੀਂ ਲੱਗੀ ਜੀ ਇੱਕ। ਕੀ ਇਹਨਾਂ ਦੀਆਂ ਸਰਕਾਰਾਂ ਤੋਂ ਅਸੀਂ ਮੰਨ ਲਓ ਉਮੀਦ ਰੱਖਾਂਗੇ ਜੀ? ਫਿਰ ਕੀ ਆ ਜੀ, ਹੁਣ ਬਸ ਰੋਟੀ ਆ ਜੀ, ਰੋਟੀ ਤਾਂ ਮਿਲੀ ਜਾਣੀ ਹੈ, ਗੁਰੂ ਘਰਾਂ ਤੋਂ ਵੀ ਰੋਟੀ ਮਿਲ ਜਾਂਦੀ ਹੈ ਕਿ ਜਿੰਨੀ ਕੁ ਹੋ ਜਾ ਕਰੂ, ਫਿਰ ਰੱਬ ਦੇ ਆਸ ਰਿਹਾ ਜੀ ਮੀਂਹ ਤਾਂ ਹੋ ਜਾ ਕਰੂ, ਉਨੀ ਕੁ ਕਰ ਲਿਆ ਕਰਾਂਗੇ ਜੀ, ਇਹਨਾਂ ਤੋਂ ਸਾਨੂੰ ਕੋਈ ਆਸ ਨਹੀਂ ਰਹੀ ਜੀ। ਹੁਣ ਇਸ ਵਕਤ ਵਿਧਾਨ ਸਭਾ ਮੌੜ ਦੇ ਵਿੱਚ ਮੌਜੂਦ ਸੀ ਰਾਮਗੜ੍ਹ ਭੁੰਦੜ ਦੇ ਪਿੰਡ ਵਾਸੀ ਮੌਜੂਦ ਸੀ, ਜਿਨ੍ਹਾਂ ਨੇ ਪੂਰਨ ਤੌਰ 'ਤੇ ਵੋਟਾਂ ਦਾ ਬਾਈਕਾਟ ਕੀਤਾ ਕਿ ਨਾ ਅਸੀਂ ਕੋਈ ਬੂਥ ਲੱਗਣ ਦੇਣਾ, ਨਾ ਕਿਸੇ ਨੂੰ ਅਸੀਂ ਵੋਟ ਪਾਈਏ, ਕਿਉਂਕਿ ਸਾਡੇ ਮਸਲੇ ਹਜੇ ਪੂਰੇ ਨਹੀਂ ਹੋਏ। ਸਾਨੂੰ ਪਾਣੀ ਦਾ ਵਾਅਦਾ ਕੀਤਾ ਜੀ ਸਰਕਾਰ ਨੇ, ਸਾਡੇ ਨਾਲ ਕੋਈ ਵਾਅਦਾ ਉਹ ਪੂਰਾ ਨਹੀਂ ਕੀਤਾ। ਗਰਾਊਂਡ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਹੈ, ਜੁੜੇ ਰਹੋ ਲੋਕ ਰਾਏ TV ਦੇ ਨਾਲ। ਧੰਨਵਾਦ।